ਬ੍ਰਿਸ਼ ਕੋਲੰਬੀਆ ਦੇ ਵਿੱਚ ਨਵੀਂ ਚੁਣੀ ਗਈ ਸਰਕਾਰ ਜਲਦੀ ਹੀ ਕਾਰਜਪਾਲ ਸੰਭਾਲੇਗੀ ਪ੍ਰੀਮੀਅਰ ਡੇਵਿਡ ਏਬੀ ਦੇਵਲੋ ਦੱਸਿਆ ਗਿਆ ਹੈ ਕਿ ਨਵੀਂ ਕੈਬਨਿਟ 18 ਨਵੰਬਰ ਨੂੰ ਸੌ ਚੁਕੇਗੀ ਕਿਉਂਕਿ ਉਸ ਸਮੇਂ ਤੱਕ ਜੜੀਆਂ ਨੇ ਤਿੰਨ ਸੀਟਾਂ ਸਰੀ ਗਿਲਫਰਡ ਕਲੋਨਾ ਸੈਂਟਰ ਤੇ ਪ੍ਰਿੰਸ ਜਾਰਜ ਮਕੈਂਜ਼ੀ ਦਾ ਜੋ ਰੀਚਲੀ ਰੀਕਾਉਂਟ ਪੂਰਾ ਹੋ ਜਾਏਗਾ ਅਰ ਇਸ ਗਿਣਤੀ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਸੌ ਚੱਕ ਸਮਾਗਮ ਹੋਵੇਗਾ ਪਰ ਇਸ ਤੋਂ ਪਹਿਲਾਂ ਸਾਰੇ ਨਵੇਂ ਚੁਣੇ ਗਏ ਵਿਧਾਇਕ 12 ਅਤੇ 13 ਨਵੰਬਰ ਨੂੰ ਸੌ ਚੁਕਣਗੇ ਪ੍ਰੀਮੀਅਰ ਡੇਵਿਡ ਬੀ ਨੇ ਦੱਸਿਆ ਹੈ ਕਿ ਇਸ ਵਾਰ ਸਰਕਾਰ ਜਲਦੀ ਹੀ ਹਾਊਸਿੰਗ ਅਫੋਰਡੇਬਿਲਟੀ ਹੈਲਥ케ਅਰ ਅਤੇ ਪਬਲਿਕ ਸੇਫਟੀ ਤੇ ਕੰਮ ਸ਼ੁਰੂ ਕਰੇਗੀ ਤੇ ਪਹਿਲ ਦੇ ਆਧਾਰ ਤੇ ਇਨ੍ਹਾਂ ਖੇਤਰਾਂ ਦੇ ਵਿੱਚ ਕਦਮ ਚੁੱਕੇ ਜਾਣਗੇ ਇਸ ਵਾਰ ਪ੍ਰੀਮੀਅਰ ਐਬੀ ਦੀ ਕੈਬਨਿਟਰ ਦੇ ਵਿੱਚ ਨਵੇਂ ਚਿਹਰੇ ਹੋ ਸਕਦੇ ਨੇ ਕਿਉਂਕਿ ਹੈਰੀ ਬੈਂਸ ਬਰੂਸ ਰੈਸਟਨ ਰੋਬਰ ਫਲੇਮਿੰਗ ਦੇ ਵੱਲੋਂ ਇਸ ਵਾਰ ਸਿਆਸਤ ਦੇ ਵਿੱਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਐਨਡੀਪੀ ਦੇ ਸੀਨੀਅਰ ਐਮਐਲਏ ਅਤੇ ਨਾਲੋਂ ਨਾਲ ਲੇਬਰ ਜੰਗਲਾਤ ਅਤੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਵੀ ਸਨ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਰਚਨਾ ਸਿੰਘ ਜੋ ਚੋਣ ਹਾਰ ਗਏ ਸਨ ਜਿਸ ਕਾਰਨ ਕਾਫੀ ਨਵੇਂ ਚਿਹਰਿਆਂ ਦੀ ਕੈਬਨਿਟ ਦੇ ਵਿੱਚ ਥਾਂ ਹੋ ਸਕਦੀ ਹੈ ਫਿਲਹਾਲ ਮਾਈਕ ਪਾਣਵਰਤ ਰਵੀ ਕਾਲੋ ਅਤੇ ਐਡਰੀਅਨ ਡਿਕਸੇ ਜਗ੍ਹਾ ਕੈਬਨਿਟ ਦੇ ਵਿੱਚ ਪੱਕੀ ਮੰਨੇ ਜਾ ਰਹੀ ਹੈ ਪਰ ਸਪੀਕਰ ਕੌਣ ਹੋਵੇਗਾ ਫਿਲਹਾਲ ਇਸ ਸਬੰਧੀ ਚਰਚਾ ਜਾ ਰਹੀ ਹੈ ਕਿਉਂਕਿ ਪਿਛਲੀ ਟਰਮ ਦੇ ਵਿੱਚ ਐਨਡੀਪੀ ਦੇ ਕੋਲ ਚੰਗੀ ਬਹੁਮਤੀ ਸੀ ਅਤੇ ਰਾਜ ਚੋਹਾਨ ਦੇ ਵੱਲੋਂ ਹਾਊਸ ਦੇ ਸਪੀਕਰ ਦੇ ਵਜੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਪਰ ਇਸ ਵਾਰ ਐਨਡੀਪੀ ਦੇ ਕੋਲ 47 ਸੀਟਾਂ ਹਨ ਜਿਸ ਕਾਰਨ ਇਹ ਫੈਸਲਾ ਥੋੜਾ ਔਖਾ ਹੈ ਬੇਸ਼ੱਕ ਦੀ ਤੌਰ ਦੇ ਉਤੇ ਇੱਕ ਤੋਂ ਵਿਰੋਧੀ ਖੇਮੇ ਦੇ ਵਿਧਾਇਕ ਤਾਕ 스ਪੀਕਰ ਬਣਨ ਦੇ ਲਈ ਪਹੁੰਚ ਕੀਤੀ ਗਈ ਹੈ ਪਰ ਇਸ ਦੇ ਵਿੱਚ ਐਨਡੀਪੀ ਕਾਮਯਾਬ ਨਹੀਂ ਹੋ ਸકી ਬੇਸ਼ੱਕ ਰਵੀ ਕਾਲੋ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਐਨਡੀਪੀ ਗ੍ਰੀਨਸ ਅਤੇ ਕਨਜ਼ਰਵੇਟਿਵ ਪਾਰਟੀ ਦੇ ਵਿਧਾਇਕਾਂ ਤਾਂ ਨਿੱਜੀ ਤੌਰ ਦੇ ਉਤੇ ਪਹਿਲ ਬਣਾ ਕੇ ਮੁੱਦਿਆਂ ਸੰਬੰਧੀ ਤਾਲਮੇਲ ਬਿਠਾਇਆ ਜਾਵੇਗਾ ਪਰ ਇਹ ਥੋੜਾ ਔਖਾ ਕੰਮ ਜ਼ਰੂਰ ਹੈ ਪ੍ਰੀਮੀਅਰ ਡੇਵਿਡ ਬੀ ਨੇ ਕਿਹਾ ਹੈ ਕਿ ਇਸ ਵਾਰ ਬੇਸ਼ੱਕ ਲੋਕਾਂ ਨੇ ਐਨਡੀਪੀ ਨੂੰ ਬਹੁਤ ਜੜੀ ਹੈ ਮਾਦ ਦਿੱਤੇ ਹੈ ਪਰ ਇਨ੍ਹਾਂ ਫਸਵਾ ਮੁਕਾਬਲਾ ਸਪਸ਼ਟ ਰੂਪ ਦੇ ਵਿੱਚ ਸੁਨੇਹਾ ਦੇ ਰਿਹਾ ਹੈ ਕਿ ਲੋਕ ਵਧੀ ਹੋਈ ਕੋਸਟ ਆਫ ਲਿਵਿੰਗ ਘਰਾਂ ਦੀਆਂ ਕੀਮਤਾਂ ਤੇ ਹੈਲਥ케ਅਰ ਸੈਕਟਰ ਦੇ ਵਿੱਚ ਹੋਰ ਸੁਧਾਰਾ ਦੀ ਮੰਗ ਕਰਦੇ ਨੇ ਤੇ ਹੁਣ ਦਿੱਤੇ ਜਾ ਚੁੱਕੇ ਕਦਮਾਂ ਤੋਂ ਉਹ ਨਿਰਾਸ਼ ਵੀ ਨੇ ਜਿਨ੍ਹਾਂ ਇਨ੍ਹਾਂ ਖੇਤਰਾਂ ਦੇ ਵਿੱਚ ਜ਼ਿਆਦਾ ਕੰਮ ਕਰਨ ਦੀ ਗੱਲ ਆਖੀ ਹੈ ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਜான் ਰਸਟਡ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੁੰਦੇ ਹੋਏ ਜਲਦੀ ਇਲੈਕਸ਼ਨ ਦੀ ਗੱਲ ਆਖ ਰਹੇ ਨੇ ਪਰ ਤਾਜ਼ਾ ਹਾਲਾਤਾਂ ਦੇ ਵਿੱਚ ਪਾਵਰ ਬੈਲੈਂਸ ਕਰਨ ਦਾ ਮੌਕਾ ਕੁਝ ਸਮੇਂ ਗ੍ਰੀਨਸ ਦੇ ਕੋਲ ਜ਼ਰੂਰ ਹੋਵੇਗਾ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਵਿੱਚ ਇਸ ਵਾਰ ਰਿਕਾਰਡ ਫੀਮੇਲ ਐਮ ਐਲ اے ਹਨ 93 ਵਿੱਚੋਂ 49 ਔਰਤਾਂ ਵਿਧਾਇਕ ਬਣੀਆਂ ਹਨ ਅਤੇ ਅੱਧੇ ਤੋਂ ਜ਼ਿਆਦਾ ਐਮ ਐਲ اے ਅਜਿਹੇ ਨੇ ਜੋ ਕਿ ਪਹਿਲੀ ਵਾਰ ਵਿਧਾਇਕ ਬਣੇ ਨੇ ਜਿਸ ਕਾਰਨ ਕੈਬਨਟ ਅਤੇ ਵਿਧਾਨ ਸਭਾ ਦੇ ਵਿੱਚ ਨਵੇਂ ਚਿਹਰਿਆਂ ਤੇ ਨਵੀਂ એનર્ਜੀ ਦੇ ਨਾਲ ਅੱਗੇ ਵਧੇਗੀ ਬੇਸ਼ੱਕ ਕਈ ਵਿਧਾਇਕਾਂ ਦੇ ਕੋਲ ਕਾਉਂਸਲਰ ਦੇ ਤੌਰ ਤੇ ਉਤੇ ਕੰਮ ਕਰਨ ਦਾ ਤਜਰਬਾ ਜ਼ਰੂਰ ਹੈ ਪਰ ਜੁਡੀਸ਼ਲੀ ਰੀਕਾਉਂਟ ਤੋਂ ਬਾਅਦ ਪ੍ਰੀਮੀਅਰ ਏਬੀ ਅਤੇ ਕੈਬਨਟ 18 ਨਵੰਬਰ ਨੂੰ ਸੌ ਚੁੱਕੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ